ਮੈਂ ਹੱਥ ਬੰਨਦਾ, ਮੈਂ ਨਾ ਹਿੱਟ ਕੇ ਹੋਣਾ ਚਾਹੁੰਦਾ। ਆਈ ਸਾਹਿਬ ਤੁਸੀਂ ਕਿਉਂ ਨਹੀਂ ਹਿੱਟ ਹੋਣਾ ਚਾਹੁੰਦੇ ਬੰਦਾ ਪੁੱਛੇ? ਕਿਹੜੀਆਂ ਨਸਲਾਂ ਬਾਦ ਨੇ ਤੁਸੀਂ ਆਏ ਜੋ ਮੀਆਂ ਵਾਲੀ ਜੋ ਈਸਾ ਖੇਲ ਕੰਮ ਕਰਨ ਆਏ ਹੋ ਸੀ ਪੈਕ ਦਾ ਤੇ ਮੁਲਕ ਦੇ ਨਸਲਾਂ ਬਾਦ ਜਿਹਦੇ ਕੋਲ ਪੁੱਛ ਕੋਈ ਖੇਲ ਕੋਈ ਪਰਾਲੀ ਖੇਲ ਕੋਈ। ਦੇਖੋ ਇੱਕ ਗੱਲ ਮੇਰੀ ਧਿਆਨ ਨਾਲ ਸੁਣੋ ਕਿ ਤੁਸੀਂ ਗਲਤ ਬੰਦਿਆਂ ਦਾ ਨਾਂ ਨਾ, ਤੁਸੀਂ ਉਹ ਕੌਮਾਂ ਵੇਖੋ ਜਿਹੜੀਆਂ ਇੱਥੇ ਤੁਹਾਨੂੰ ਲੱਭੀਆਂ ਨੇ ਆਇਆ ਸਰ ਜੀ ਹੀ ਹਕੂਮਤ ਲੱਭੀ ਉਹਦੀ ਤਾਂ ਸਾਰੇ ਜਿਹੜੇ ਕੌਮਾਂ ਪਏ ਨੇ। ਹੁਣ ਪਹਿਲੇ ਪੁੱਛੇ ਅਰਸ਼ਦ ਬਾਜਵਾ ਸਾਹਿਬ ਕੋ ਮਿਲੇ ਹੁਣ ਆ ਕੇ ਅਸਾਂ ਪਰਾਲੀ ਖੇਲਦੇ ਨੇ। ਅੱਛਾ ਪਰਾਲੀ ਖੇਲ ਕਿਹੜੇ ਹੁੰਦੇ ਨੇ? ਪੀਰ ਅਲੀ ਖੇਲਦੇ ਨਹੀਂ ਪਰਾਲੀ, ਟੰਪਰੇ ਨੂੰ ਖੇਲਣਗੇ ਪਰਾਲੀ ਖੇਲ ਕੇ ਟੰਪਰੇਲੀ ਖੇਲ। ਅੱਛਾ ਤਾਂ ਬਾਏ ਕੋਲ ਪੁੱਛੇ ਹੁਆ ਕਿ ਅਸਾਂ ਮਟਕਾ ਖੇਲਣਾ, ਕਹਿਆਂ ਕਿ ਅਸਾਂ ਗਾਮਾ ਖੇਲਣਾ, ਕਹਿਆਂ ਕਿ ਅਸਾਂ ਨੂਰਾ ਖੇਲਣਾ। ਗੋਲੀ ਖੇਲ ਵੀ ਆ ਸਕਦਾ ਤੁਹਾਨੂੰ ਗੋਲੀ ਮਾਰ ਦੇ। ਇਹ ਤਾਂ ਸਾਰੀਆਂ ਕੌਮਾਂ ਮੈਂ ਟੱਕਰੀਆਂ ਟੱਕਰੀਆਂ ਕਿ ਸੁਣੀਆਂ ਵੀ ਸਰ ਜੀ ਖਾਸ ਟੱਕਰੀਆਂ ਤਾਂ ਕੋਈ ਮੈਂ ਸੁਣੀਆਂ ਵੀ ਫਿਰ ਲਿਖੇ ਕਰੇ ਨਹੀਂ। ਉਹ ਤੁਸੀਂ ਉਸ ਕੌਮ ਦਾ ਨਾਮ ਲਵੋ ਜਿਹੜੀ ਕਿ ਤੁਹਾਨੂੰ ਇੱਥੇ ਟੱਕਰੀ ਹੈਗੀ। ਸਹੀ ਸਰ ਜੀ, ਇੱਥਾਂ ਤਾਂ ਮੈਂ ਇਹ ਖੜੇ ਪਰਾਲੀ ਖੇਲ ਟੱਕਰੇ ਨੇ, ਉਹ ਨੂਰੀ ਖੇਲ ਟੱਕਰੇ ਨੇ, ਅਤੇ ਉਹ ਕੱਛੂ ਖੇਲ ਟੱਕਰੇ ਨੇ, ਗਾਮੇ ਖੇਲ ਟੱਕਰੇ ਨੇ। ਕੋਈ ਰੰਬੀ ਖੇਲ ਵੀ ਸੀਗੇ? ਨਹੀਂ ਸਰ, ਰੰਬੀ ਖੇਲ ਸੁਣਾ ਹੈ, ਰੰਬੀ ਖੇਲ ਟੱਕਰਾ ਉਹ ਤਾਂ ਮੋਚਿਆਂ ਬਾਅਦ ਰੰਬੀ ਖੇਲ ਸਰ ਜੀ। ਅੱਛਾ ਮੋਚੀ ਹੁੰਦੇ ਨੇ? ਹਾਂ ਮੋਚੀ ਉਹ ਰੰਬੀ ਖੇਲ। ਇਹਨਾਂ 'ਚੋਂ ਨਿਆਜ਼ੀ ਕਿਹੜੇ ਕਿਹੜੇ ਨੇ? ਇੱਥੋਂ ਤਾਂ ਸਾਰੇ ਨਿਆਜ਼ੀ ਕੋਈ ਨਹੀਂ ਸਰ, ਇਹ ਤਾਂ ਖੇਲ ਸਰਵੇ ਸਾਰੇ ਨਿਆਜ਼ੀ ਕੋਈ ਨਹੀਂ, ਨਿਆਜ਼ੀ ਨਹੀਂ ਸਰਵੇ ਖੇਲ ਸਰਵੇ ਸਾਰੇ।